ਸਿੱਧੂ ਮੂਸੇਵਾਲਾ ਦੀ ਅੱਜ ਪਹਿਲੀ ਵਰ੍ਹੇ ਸਿਰ ਮੌਕੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਹਾਜ਼ਰੀਨ ਨਾਲ ਸਾਂਝੇ ਕੀਤੇ ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਲਾਇਰੈਂਸ ਬਿਸ਼ਨੋਈ ਦੀ ਵੀਡੀਓ ਦੇਖ ਕੇ ਇੰਜ ਲੱਗਾ ਜਿਵੇਂ ਉਹਨਾਂ ਦਾ ਪੁੱਤ ਦੁਬਾਰਾ ਚਲਾ ਗਿਆ ਹੈ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਕਿਸੇ ਹੋਰ ਦਿਨ ਫੜ ਲੈਂਦੇ ਸਾਡੇ ਸਮਾਗਮ ਵਾਲੇ ਦਿਨ ਹੀ ਇੰਟਰਨੈਟ ਤੇ ਬੱਸਾਂ ਬੰਦ ਕਰ ਦਿੱਤੀਆਂ ਪਲਕਾਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਜਿੰਨਾ ਬੰਦਿਆਂ ਦੇ ਅਸੀਂ ਨਾ ਦਿੱਤੇ ਹਨ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੁਸੀਂ ਜਾਂਚ ਕਰੋ ਮੈਨੂੰ 100% ਦੀ ਤੁਹਾਡੇ ਤੇ ਭਰੋਸਾ ਹੈ ਐਨੀ ਕਾਰਵਾਈ ਲਈ ਤੁਸੀਂ 11 ਮਹੀਨੇ ਟਪਾ ਦਿੱਤੇ ਕੀ ਇਹੀ ਸਾਡਾ ਲੋਕਤੰਤਰ ਹੈ ਉੱਤੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇਹ ਨਰੋਲ ਧਾਰਮਿਕ ਪ੍ਰੋਗਰਾਮ ਹੈ ਇੰਟਰਨੈਟ ਤਾਂ ਬੰਦ ਕਰ ਦਿੱਤਾ ਪਰ ਉਸ ਜ਼ਾਲਮ ਦਾ ਜੇਲ੍ਹ ਵਿੱਚ ਇੰਟਰਨੈਟ ਚੱਲ ਰਿਹਾ ਲਾਰੈਂਸ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਇੰਟਰਵਿਊ ਲੈਣ ਵਾਲੇ ਤੇ ਕੋਈ ਕਾਰਵਾਈ ਕੀਤੀ ਗਈ। ਲਾਰੈਂਸ ਨੂੰ ਦੇਸ਼ ਭਗਤ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ, "ਕਨਵਰ ਤੇ ਜੋਤੀ ਦੇ ਨਾਂ ਲਏ ਜਿੰਨਾ ਨਾਲ ਸਿੱਧੂ ਪਹਿਲਾਂ ਕੰਮ ਕਰਦਾ ਸੀ।" ਇਤੋਂ ਤੱਕ ਕਿ ਸਿੱਧੂ ਦੇ ਪਿਤਾ ਨੇ ਇਹ ਵੀ ਕਿਹਾ ਕਿ ਇਹਨਾਂ ਨੇ ਸਿੱਧੂ ਦੇ ਪੈਸੇ ਖਾ ਲਏ। ਬਾਅਦ ਵਿੱਚ ਸਿੱਧੂ ਨੇ ਆਪਣਾ ਚੈਨਲ ਬਣਾਇਆ ਤੇ ਉਸ ਤੇ ਗੀਤ ਪਾਉਣੇ ਸ਼ੁਰੂ ਕਰ ਦਿੱਤੇ। ਉਸਨੇ ਚੰਡੀਗੜ੍ਹ ਛੱਡ ਕੇ ਆਪਣੇ ਪਿੰਡ ਵਿੱਚ ਰਹਿਣਾ ਪਸੰਦ ਕੀਤਾ ਸ਼ਾਇਦ ਇਸੇ ਗੱਲ ਦੀ ਸਜ਼ਾ ਉਸ ਨੂੰ ਮਿਲੀ ਉੱਥੇ ਹੀ ਸਿੱਧੂ ਮਸੇਵਾਲਾ ਦੀ ਬਰਸੀ ਦੌਰਾਨ ਸਿੱਧੂ ਦੀ ਮਾਂ ਚਰਨ ਕੌਰ ਨੇ ਵੀ ਆਪਣੇ ਜਜ਼ਬਾਤ ਸਾਂਝੇ ਕੀਤੇ ਉਹਨਾਂ ਕਿਹਾ ਕਿ ਉਹ ਲੋਕਾਂ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਕੀ ਸਾਡਾ ਦੇਸ਼ ਆਜ਼ਾਦ ਹੈ ਜਾਂ ਗੁਲਾਮ ਅਸੀਂ ਅਜੇ ਵੀ ਗੁਲਾਮ ਹਾਂ ਇੱਥੇ ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਲੋਕਾਂ ਦੀ ਮੌਤ ਦੇ ਫਰਮਾਨ ਤੇ ਦਸਤਕ ਕਰਦੇ ਹਨ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਪੁੱਤ ਦਾ ਕਿਸੇ ਮਾਮਲੇ 'ਚ ਨਿੱਕਾ ਜਿਹਾ ਕਸੂਰ ਵੀ ਨਿਕਲਦਾ ਹੈ ਤਾਂ ਉਹ ਦੋਵੇਂ ਸਜ਼ਾ ਭੁਗਤਣਗੇ